ਸਾਈਕਲ ਤੇ ਜਾ ਰਹੇ ਹੋ, ਤੁਹਾਡੇ ਅੱਖ ਦੇ ਵਿੱਚ ਕੋਈ ਡਸਟ ਪਾਰਟੀਕਲ ਜਾਂ ਕੋਈ ਕਚਰਾ ਪੈ ਜਾਂਦਾ ਹੈ, ਇਮੀਜੀਏਟਲੀ ਤੁਸੀਂ ਮੋਟਰਸਾਈਕਲ ਨੂੰ ਬ੍ਰੇਕ ਵੀ ਲਾ ਦੋਗੇ, ਆਪਣਾ ਰੁਮਾਲ ਕੱਢ ਕੇ ਅੱਖ ਨੂੰ ਵੀ ਸਾਫ਼ ਕਰ ਲਓਗੇ। ਇਹ ਸਾਰਾ ਕੰਮ ਨੂੰ ਨੀਰੋ ਟਰਾਂਸਮਿਟਰ ਸਿਸਟਮ ਕਹਿੰਦੇ ਆ। ਜਦੋਂ ਇਨਸਾਨ ਡਰੱਗ ਦਾ ਇਸਤੇਮਾਲ ਕਰਦਾ ਹੈ, ਉਹਦਾ ਨੀਰੋ ਟਰਾਂਸਮਿਟਰ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ। ਔਰ ਤੁਸੀਂ ਦੇਖਿਆ ਹੋਏਗਾ ਕਿ ਡਰੱਗ ਅਡਿਕਟਡ ਜ਼ਮੀਨ 'ਤੇ ਡਿੱਗੇ ਪਏ ਹੁੰਦੇ ਨੇ, ਕੋਈ ਸੁੱਧ ਬੁੱਧ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਨੀਰੋ ਟਰਾਂਸਮਿਟਰ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ। ਬ੍ਰੇਨ ਦੇ ਵਿੱਚ ਥਿੰਕਿੰਗ ਪ੍ਰੋਸੈਸ, ਸੋਚ ਵਿਚਾਰ ਕਰਨ ਦੀ ਸ਼ਕਤੀ, ਇਮੋਸ਼ਨਲ ਕੰਟਰੋਲ ਰੈਗੂਲੇਟਰ ਸਿਸਟਮ ਜੋ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰਦਾ ਹੈ, ਸਪੀਚ ਸੈਂਟਰ ਜੋ ਬੋਲਚਾਲ ਨੂੰ ਕੰਟਰੋਲ ਕਰਦਾ ਹੈ। ਜਦੋਂ ਇਨਸਾਨ ਡਰੱਗ ਦਾ ਇਸਤੇਮਾਲ ਕਰਦਾ ਹੈ, ਬ੍ਰੇਨ ਗੁਲਾਮ ਬਣ ਜਾਂਦਾ ਹੈ, ਉਹ ਨਾ ਹੀ ਉਹਦਾ ਥਿੰਕਿੰਗ ਸਰਕਟ, ਨਾ ਰਿਵਾਰਡ ਸਰਕਟ, ਨਾ ਇਮੋਸ਼ਨਲ ਕੰਟਰੋਲ ਰੈਗੂਲੇਟਰ ਸਿਸਟਮ, ਉਹ ਕੰਮ ਨਹੀਂ ਕਰਦਾ। ਤੁਸੀਂ ਦੇਖਿਆ ਹੋਏਗਾ ਕਿ ਡਰੱਗ ਅਡਿਕਟਡ ਜ਼ਮੀਨ 'ਤੇ ਪਏ ਹੁੰਦੇ ਨੇ, ਕੋਈ ਸੁੱਧ ਬੁੱਧ ਨਹੀਂ ਹੁੰਦੀ, ਸਰੀਰ ਅਤੇ ਬ੍ਰੇਨ ਦੀ ਆਪਸ ਵਿੱਚ ਕੋਈ ਕਨੈਕਟਿਵਿਟੀ ਨਹੀਂ। ਇਹ ਸਾਰੇ ਤੱਥ ਮੈਡੀਕਲ ਸਾਇੰਸ ਨੇ ਸਾਬਤ ਕੀਤੇ ਹੋਏ ਨੇ, ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ 500 ਸਾਲ ਪਹਿਲੇ ਲਿਖਿਆ ਹੋਇਆ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ, ਸਾਰੇ ਹੀਰੇ ਮੋਤੀ ਤੁਹਾਡੀ ਮੱਤ ਦੇ ਵਿੱਚ ਨੇ, ਨਸ਼ਾ ਕਰਦਾ ਕੀ ਹੈ, ਮੱਤ ਨੂੰ ਗੁਲਾਮ ਬਣਾ ਦਿੰਦਾ, ਤੁਹਾਡਾ ਖਜ਼ਾਨਾ ਲੁੱਟਿਆ ਗਿਆ। ਯੂ ਕੈਨ ਨੋਟ ਸਰਵਾਈਵ ਇਨ ਦਾ ਸੁਸਾਇਟੀ ਫਾਰ ਏ ਲੌਂਗ ਟਾਈਮ। ਮੈਨੂੰ ਇੱਕ ਦਿਨ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ, ਉਹਨਾਂ ਨੇ ਇਨਵਾਈਟ ਕੀਤਾ, ਉਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਦਿੱਤਾ ਉਹਨਾਂ ਨੇ। ਮੈਂ ਸੋਚਿਆ ਕਿ ਬੜੇ ਬੁੱਧੀਜੀਵੀ ਨੇ, ਮੈਂ ਇੱਥੇ ਕੀ ਬੋਲਾਂਗਾ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੇ 'ਤੇ ਕਿਰਪਾ ਕੀਤੀ। ਗਿਆਨੀ ਸਾਹਿਬ ਅਰਦਾਸ, ਗਿਆਨੀ ਸਾਹਿਬ ਸ਼ਬਦ ਕੀਰਤਨ ਕਰ ਰਹੇ ਸੀ, ਸ਼ਬਦ ਬੋਲ ਰਹੇ ਸੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡੇ ਸੂਰਮਾ ਅਬ ਜੂਜਨ ਕੋ ਦਾਓ। ਪਿਆਰੇ ਬੱਚਿਓ, ਤੁਸੀਂ ਸਾਰੇ ਜਾਣਦੇ ਹੋ ਗਗਨ ਕੀ ਹੈ, ਆਕਾਸ਼ ਹੈ, ਆਕਾਸ਼ ਕਿੱਥੇ ਹੈ, ਉੱਪਰ ਹੈ, ਸਰੀਰ ਦਾ ਅਪਰ ਪਾਰਟ ਆਫ ਦਾ ਬਾਡੀ, ਸਰੀਰ ਦਾ ਅਪਰਲਾ ਹਿੱਸਾ ਬ੍ਰੇਨ ਹੈ। ਜਦੋਂ ਬ੍ਰੇਨ ਦੇ ਵਿੱਚ ਉਹ ਗੁਰੂ ਸ਼ਬਦ ਦਾ ਗਿਆਨ ਹੋ ਗਿਆ, ਉਹ ਟਰੂ ਐਜੂਕੇਸ਼ਨ ਜੋ ਤੁਸੀਂ ਸਕੂਲ ਦੇ ਵਿੱਚ ਹਾਸਲ ਕਰ ਰਹੇ ਹੋ, ਇਹਦੇ ਨਾਲ ਤੁਹਾਡੇ ਸੋਚ ਵਿਚਾਰ ਕਰਨ ਦੀ ਸ਼ਕਤੀ ਪੈਦਾ ਹੋ ਜਾਏਗੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਿਸ ਦਿਨ ਵਿਚਾਰ ਕਰਨਾ ਸਿੱਖ ਗਏ ਉਸ ਦਿਨ ਤੁਸੀਂ ਆਪਣਾ ਭਲਾ ਵੀ ਕਰ ਸਕਦੇ ਹੋ, ਦੂਸਰੇ ਦਾ ਵੀ ਭਲਾ ਕਰ ਸਕਦੇ ਹੋ। ਜਦੋਂ ਉਹ ਟਰੂ ਗਿਆਨ ਹੋਏਗਾ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵਿਕਾਰਾਂ ਦੇ ਨਾਲ ਕਿੱਦਾਂ ਲੜਨਾ ਹੈ, ਮਨ ਨੂੰ ਕਿੱਦਾਂ ਨਿਜਾਗਤ ਦਿਵਾਉਣੀ ਹੈ। ਸਾਰੀਆਂ ਬਰੀਆਂ ਨਸ਼ੇ ਦੇ ਵਿੱਚ ਹੈ, ਆਪਣੇ ਥੋਟ ਪ੍ਰੋਸੈਸ ਨੂੰ, ਉਹ ਵਿਜ਼ਡਮ ਆਫ ਗੋਡ, ਉਹ ਟਰੂ ਨੌਲੇਜ, ਉਹ ਬ੍ਰੇਨ ਨਸ਼ੇ ਤੋਂ ਬਚਾਉਣਾ ਹੈਗਾ, ਤਾਂ ਜੋ ਅਸੀਂ ਸਹੀ ਇਨਸਾਨ ਬਣ ਸਕਦੀਏ। ਤੁਸੀਂ ਸਾਰੇ ਜਣੇ ਪੜ੍ਹਦੇ ਬਹੁਤ ਹੋ, ਸੁਣਦੇ ਵੀ ਬਹੁਤ ਹੋ, ਪਰ ਅਮਲ ਬਹੁਤ ਘੱਟ ਕਰਦੇ ਹੋ। ਅਰਦਾਸ ਵੀ ਆਪਾਂ ਹਰ ਰੋਜ਼ ਕਰਦੇ ਹਾਂ, ਉਹਦੇ ਵਿੱਚ ਲਿਖਿਆ ਹੁੰਦਾ ਹੈ, ਪੜ੍ਹਦੇ ਵੀ ਹੈ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਕਾ ਰੱਖਾ ਵਾਹਿਗੁਰੂ। ਮਨ ਦੇ ਵਿੱਚ ਨਿਮਰਤਾ ਚਾਹੀਦੀ ਹੈ, ਡਰੱਗ ਮਨ ਨੂੰ ਹਾਰਡ ਬਣਾ ਦਿੰਦਾ, ਨਿਮਰਤਾ ਮਰ ਜਾਂਦੀ ਹੈ, ਅਤੇ ਮੱਤ ਹੈ ਜਿਹੜੀ ਉਹ ਉੱਚੀ ਰੱਖਣੀ ਹੈ, ਫਿਰ ਹੀ ਪਰਮਾਤਮਾ ਲਾਜ ਰੱਖੇਗਾ। ਇਸ ਕਰਕੇ ਮੱਤ ਨੂੰ, ਆਪਣੇ ਬ੍ਰੇਨ ਨੂੰ ਡਰੱਗ ਤੋਂ ਬਣਾ ਕੇ ਬਚਾ ਕੇ ਰੱਖਣਾ ਹੈ। ਪਿਆਰੇ ਬੱਚਿਓ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਪੋਰਟਸ ਦੇ ਵਿੱਚ ਹਿੱਸਾ ਲੈ ਰਹੇ ਹੋ। ਮੈਨੂੰ, ਕਿਉਂਕਿ ਸਪੋਰਟਸ ਬਹੁਤ ਔਖੀ ਹੈ, ਇਹਦੇ ਲਈ ਸਾਨੂੰ ਗਰਮੀ, ਸਰਦੀ, ਧੁੱਪ, ਹਨੇਰੀ ਗਰਾਊਂਡ ਦੇ ਵਿੱਚ ਆਉਣਾ ਪੈਂਦਾ ਹੈ। ਐਜੂਕੇਸ਼ਨ ਤੁਸੀਂ ਕਮਰੇ ਦੇ ਵਿੱਚ ਬਹਿ ਕੇ, ਗਰਮੀ ਦੇ ਵਿੱਚ ਏਸੀ ਲਾ ਕੇ, ਸਰਦੀ ਦੇ ਵਿੱਚ ਬਲੋਰ ਲਾ ਕੇ ਕਰ ਸਕਦੇ ਹੋ। ਇਹ ਵਰਕ ਹਾਰਡ ਹੈ, ਜਿਹੜੇ ਸਪੋਰਟਸ ਵਾਲੇ ਨੇ ਉਹ ਮਨ ਦੇ ਬੜੇ ਸਟਰੋਂਗ ਹੁੰਦੇ ਨੇ, ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ, ਇਸ ਕਰਕੇ ਕੰਪੀਟੀਸ਼ਨ ਦੇ ਨਾਲ ਸਾਰਾ ਕੁਝ ਹਾਸਿਲ ਕੀਤਾ ਜਾ ਸਕਦਾ। ਡਰੱਗ ਦੇ ਹੋਰ ਕੀ ਨੁਕਸਾਨ ਨੇ, ਸਮਾਜਿਕ ਨੁਕਸਾਨ, ਸੋਸ਼ਲ ਲੌਸ, ਜੋ ਡਰੱਗ ਅਡਿਕਟਡ ਪੇਰੈਂਟਸ ਨੇ ਉਹਨਾਂ ਦੇ ਘਰ ਡਰੱਗ ਡਿਗ ਬੇਬੀ ਪੈਦਾ ਹੁੰਦੇ ਨੇ, ਉਹਨਾਂ ਦੀ ਕੀ ਪਛਾਣ ਹੈ, ਅਪਰ ਲਿਪਸ ਪਤਲਾ ਹੁੰਦਾ, ਸਿਰ ਛੋਟਾ ਹੁੰਦਾ, ਬੋਲਣ ਦੇਰ ਨਾਲ ਲੱਗਦੇ ਨੇ, ਉਹਨਾਂ ਦੇ ਦਿਲ ਦੇ ਵਿੱਚ ਹਰਟ ਹੋ ਦੇ ਵਿੱਚ ਹੋਲ ਹੋ ਸਕਦਾ ਹੈ, ਪੱਕੇ ਤੌਰ 'ਤੇ ਨੁਕਸ ਹੋ ਸਕਦਾ, ਅੱਖਾਂ ਘੱਟ ਖੁੱਲਦੀਆਂ, ਉੱਚੀ ਸੁਣਦਾ, ਇਹ ਤੋਂ ਵੱਡੀ ਹੋਰ ਵੱਧ ਕਿਸਮ ਦੀ ਕੀ ਹੋ ਸਕਦੀ ਹੈ। ਬੱਚਾ ਮੰਗਿਆ ਸੀ ਤੰਦਰੁਸਤ, ਡਿਲੀਵਰ ਕੀਤਾ ਪਰਮਾਨੈਂਟ ਰੋਗੀ, ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਇਲਾਜ ਵੀ ਬਹੁਤ ਕਰਾਏ, ਦਵਾਵਾਂ ਵੀ ਬਹੁਤ ਮੰਗੀਆਂ, ਪਰ ਗੱਲ ਨਹੀਂ ਬਣੀ। ਇਸ ਕਰਕੇ ਪਿਆਰੇ ਬੱਚਿਓ, ਜੇਕਰ ਤੁਸੀਂ, ਤੁਹਾਡੇ ਪੇਰੈਂਟਸ ਘਰ ਦੇ ਵਿੱਚ ਸ਼ਰਾਬ ਪੀ ਰਹੇ ਨੇ, ਉਹ ਤੁਹਾਨੂੰ ਨਹੀਂ ਰੋਕ ਸਕਦੇ, ਇਸ ਲਈ ਪੇਰੈਂਟਸ ਨੂੰ ਬ੍ਰੈਂਡ ਅੰਬੈਸਡਰ ਬਣਨਾ ਚਾਹੀਦਾ, ਤਾਂ ਜੋ ਬੱਚੇ ਉਹਨਾਂ ਨੂੰ ਦੇਖ ਕੇ ਸਿੱਖਣ ਕਿ ਚੰਗੇ ਕੰਮ ਕਿਸ ਤਰ੍ਹਾਂ ਕਰਨੇ ਨੇ। ਹੋਰ ਨੁਕਸਾਨ ਕੀ ਹੈ, ਪੈਸੇ ਦਾ ਨੁਕਸਾਨ, ਇਲਾਜ ਬੜੇ ਮਹਿੰਗੇ ਨੇ, ਆਰਥਿਕ ਨੁਕਸਾਨ, ਹੈਲਥ ਦਾ ਨੁਕਸਾਨ, ਕਰੈਕਟਰ ਦਾ ਨੁਕਸਾਨ। ਜਦੋਂ ਮੈਂ ਨੋਨ ਮੈਡੀਕਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਇੱਕ ਪੋਇਮ ਦੀਆਂ ਕੁਝ ਮੈਨੂੰ ਲੈਣਾ ਯਾਦ ਨੇ, ਜਿਹਦੇ ਵਿੱਚ ਲਿਖਿਆ ਹੋਇਆ ਸੀ, ਜੇਕਰ ਪੈਸੇ ਦਾ ਨੁਕਸਾਨ ਹੋ ਜਾਵੇ, ਸਮਝ ਲੈਣਾ ਕਿ ਕੁਝ ਨੁਕਸਾਨ ਨਹੀਂ ਹੋਇਆ,
ਜੇਕਰ ਸਿਹਤ ਦਾ ਨੁਕਸਾਨ ਹੋ ਗਿਆ ਸਮਝ ਲੈਣਾ ਕੁਝ ਨਾ ਕੁਝ ਨੁਕਸਾਨ ਹੋਇਆ ਜੇਕਰ ਕਰੈਕਟਰ ਦਾ ਨੁਕਸਾਨ ਹੋ ਗਿਆ ਸਮਝ ਲੈਣਾ ਕਿ ਬੇੜਾ ਗਰਕ ਹੋ ਗਿਆ ਨਸ਼ਾ ਕਰਦਾ ਕੀ ਹੈ ਇਹ ਤਿੰਨੇ ਚੀਜ਼ਾਂ ਨੂੰ ਡਿਸਟਰਾਏ ਕਰ ਦਿੰਦਾ ਐਂਡ ਦੇਅਰਫੋਰ ਯੂ ਕੈਨ ਨੋਟ ਸਰਵਾਈਵ ਇਨ ਦਾ ਸੋਸਾਇਟੀ ਫਾਰ ਏ ਲੌਂਗ ਟਾਈਮ ਇਹਨਾਂ ਤਿੰਨਾਂ 'ਚੋਂ ਬਚਣਾ ਹੈਗਾ ਤੁਸੀਂ ਹੋਰ ਕੀ ਨੁਕਸਾਨ ਹੈ ਧਾਰਮਿਕ ਜ਼ਿੰਦਗੀ ਦਾ ਨੁਕਸਾਨ ਹੈ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰ ਪੜ੍ਹਿਆ ਹੈ ਵਿੱਚ ਲਿਖਿਆ ਹੋਇਆ ਹੈ ਭੰਗ ਮਛਲੀ ਸੂਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਸਭੇ ਰਸਾ ਤਲ ਜਾਏ ਜੋ ਇਨਸਾਨ ਨਸ਼ੇ ਦਾ ਇਸਤੇਮਾਲ ਕਰਦਾ ਹੈ ਉਹ ਕਿੰਨੇ ਹੀ ਤੀਰਥ ਵਰਤ ਕਾਂਡ ਕਰਮ ਕਾਂਡ ਕਰ ਲਏ ਉਹਦਾ ਕੋਈ ਫਾਇਦਾ ਨਹੀਂ ਪਾਨ ਸਪਾਰੀ ਖਾਧੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜਾਂ ਪਕੜ ਚਲਾਈਆਂ ਜੋ ਨਸ਼ੇ ਦੇ ਜੰਮ ਨੇ ਉਹ ਤੁਹਾਨੂੰ ਫੜ ਕੇ ਲੈ ਜਾਣਗੇ ਛੇਤੀ ਇਹਦਾ ਖੈੜਾ ਛੜਾ ਲੈਣਾ ਚਾਹੀਦਾ ਹੈ ਮੈਂ ਇੱਕ ਵਾਰ ਇੱਕ ਹੋਸਪਿਟਲ ਦੇ ਵਿੱਚ ਇੱਕ ਡਰੱਗ ਅਡਿਕਟਡ ਨੇ ਐਕਸੀਡੈਂਟ ਕਰਕੇ ਕਈ ਬੰਦੇ ਮਾਰ ਦਿੱਤੇ ਅਤੇ ਮੈਂ ਉਹਦਾ ਬਿਆਨ ਲਿਖਣ ਗਿਆ ਅਤੇ ਮੈਂ ਉਹਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਉਹ ਕਹਿੰਦਾ ਲੇਟ ਮਹਿੰਦਰ ਸਿੰਘ ਮੈਂ ਹਜ਼ਰ ਹੈ ਤਾਂ ਤੂੰ ਜਿਉਂਦਾ ਲੇਟ ਕਿਉਂ ਲਿਖੀ ਜਾਂਦਾ ਉਹ ਕਹਿੰਦਾ ਹੁਣ ਮੈਂ ਨਸ਼ਾ ਕਰਨ ਲੱਗਿਆ ਮਰਦਾ ਜਾਣਾ ਹੀ ਹੈ ਪਿਆਰੇ ਬੱਚਿਓ ਜੋ ਇਨਸਾਨ ਨਸ਼ੇ ਦਾ ਇਸਤੇਮਾਲ ਕਰ ਰਹੇ ਨੇ ਉਹ ਛੇਤੀ ਨਜਾਗਤ ਪਾ ਲੈਣੀ ਚਾਹੀਦੀ ਹੈ ਨਹੀਂ ਤਾਂ ਜਿਉਂਦੇ ਜੀ ਆਪਣੇ ਨਾਮ ਦੇ ਅੱਗੇ ਲੇਟ ਲਿਖਾ ਲੈਣਾ ਚਾਹੀਦਾ ਹੈ ਨਸ਼ਾ ਕਰਨ ਦੇ ਨਾਲ ਉਮਰ ਘੱਟਦੀ ਹੈ ਜੋ ਇਨਸਾਨ ਸਿਗਰਟ ਇੱਕ ਪੀਂਦਾ ਦਿਨ ਦੇ ਵਿੱਚ 10 ਮਿੰਟ ਲਾਈਫ ਉਹਦੀ ਖਤਮ ਹੋ ਜਾਂਦੀ ਹੈ ਜੋ 10 ਪੀਂਦਾ ਹੈ ਜਾਂ ਇੱਕ ਪੈਕਟ ਪੀਂਦਾ 1/7 ਹਿੱਸਾ ਲਾਈਫ ਦਾ ਖਰਾਬ ਕਰ ਲੈਂਦਾ ਹੈ ਕਿਉਂਕਿ ਸਿਗਰਟ ਦੇ ਵਿੱਚ ਬੜੇ ਖਤਰਨਾਕ ਰਸਾਇਣ ਤੱਤ ਨੇ ਨਿਕੋਟੀਨ ਆਰਸਨਿਕ ਜੋ ਕੀੜੇ ਮਾਰ ਦਵਾਈਆਂ ਚੂਹੇ ਮਾਰ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦਾ ਹੈ ਕਾਰਬਨ ਮੋਨੋਕਸਾਈਡ ਪੇਪਰ ਜਲ ਨਾਲ ਪੈਦਾ ਹੁੰਦੀ ਹੈ ਫਾਰਮਾ ਡੀਹਾਈਡਰੇਟ ਜੋ ਗਲੀਆਂ ਸੜੀਆਂ ਡੈਡ ਬੋਡੀਆਂ 'ਤੇ ਲਗਾਈ ਜਾਂਦੀ ਹੈ ਤਾਂ ਜੋ ਗਲ ਸੜ ਨਾ ਜਾਣ ਐਸੀਟੋਨ ਜੋ ਨੇਲ ਪਾਲਸ ਰਿਮੂਵਲ ਹੈ ਜਿਹਦੇ ਨਾਲ ਨੇਲ ਪੋਲਿਸ਼ ਉਤਰਦੀ ਹੈ ਉਹ ਵੀ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਉਹਦੀ ਸਮੈਲ ਬੜੀ ਪਿਆਰੀ ਹੈ ਉਹ ਤੰਬਾਕੂ ਦੀ ਬੈਡ ਸਮੈਲ ਨੂੰ ਕਾਊਂਟਰ ਕਰ ਦਿੰਦਾ ਹੈ ਇਹਦੇ ਵਿੱਚ ਬੈਂਜੀਨ ਹੈ ਜੋ ਰਬੜ ਇੰਡਸਟਰੀ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ ਜੇ ਨਿਕੋਟੀਨ ਜੋ 12 mg ਇੱਕ ਸਿਗਰਟ 'ਚੋਂ ਪੈਦਾ ਹੁੰਦੀ ਹੈ ਜੇਕਰ 2 mg ਇੱਕ ਚੂਹੇ ਨੂੰ ਪਿਲਾ ਦਿੱਤੀ ਜਾਵੇ ਉਹ ਮਰ ਜਾਏਗਾ ਜੇ 9 mg 2 ਬਿੱਲੀਆਂ ਜਾਂ ਕੁੱਤੇ ਨੂੰ ਪਿਲਾ ਦੀ ਉਹ ਵੀ ਮਰ ਜਾਏਗਾ ਜੇ 60 mg ਇਨਸਾਨ ਨੂੰ ਇਕੱਠੀ ਪਿਲਾ ਦੀ ਉਹ ਵੀ ਮਰ ਜਾਏਗਾ ਉਹ ਵਿਚਾਰੇ ਨਹੀਂ ਪੜ੍ਹ ਸਕਦੇ ਸਿਗਰਟ ਦੇ ਉੱਪਰ ਲਿਖਿਆ ਹੋਇਆ ਹੈ ਇੰਜੂਰੀਅਸ ਟੂ ਹੈਲਥ ਸਿਹਤ ਲਈ ਹਾਨੀਕਾਰਕ ਹੈ ਉਹ ਚੂਹੇ ਬਿੱਲੀਆਂ ਨਹੀਂ ਪੜ੍ਹ ਸਕਦੇ ਅਸੀਂ ਇਨਸਾਨ ਹੈ ਅਸੀਂ ਉੱਤਮ ਪ੍ਰਾਣੀ ਸ਼੍ਰੇਣੀ ਦਾ ਆਪਣੇ ਆਪ ਨੂੰ ਪ੍ਰਾਣੀ ਸਮਝਦੇ ਹਾਂ ਜੇ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਅਸੀਂ ਉਹ ਇਸਤੇਮਾਲ ਕਰ ਰਹੇ ਹਾਂ ਤਾਂ ਸਾਨੂੰ ਇਨਸਾਨ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਪਣੇ ਆਪ ਨੂੰ ਰੱਖਣਾ ਚਾਹੀਦਾ ਨੁਕਸਾਨ ਬਹੁਤ ਨੇ ਇਹਦੇ ਮੈਂ ਡਿਟੇਲ 'ਚ ਹੀ ਨਹੀਂ ਜਾਵਾਂਗਾ ਇਲਾਜ ਵੀ ਬੜੇ ਨੇ ਕੋਲਡ ਟਰਕੀ ਮੈਥਡ ਹੈ ਹੋਰ ਮੈਥਡ ਉਹ ਡਾਕਟਰ ਸਾਹਿਬ ਪਹਿਲਾਂ ਦੱਸ ਚੁੱਕੇ ਨੇ ਸਿਮਟਮ ਵੀ ਤੁਹਾਨੂੰ ਦੱਸ ਗਏ ਨੇ ਅਤੇ ਤੁਹਾਨੂੰ ਥੋੜ੍ਹਾ ਜਿਹਾ ਮੋਟੀਵੇਟ ਕਰਨ ਵਾਸਤੇ ਮੈਂ 3-4 ਚੀਜ਼ਾਂ ਜ਼ਰੂਰ ਦੱਸਾਂਗਾ ਮੈਂ ਇੱਕ ਡਰੱਗ ਅਡਿਕਟਰ ਦੀ ਪ੍ਰੋਪਰਟੀ ਅਟੈਚ ਕਰਾਉਣ ਵਾਸਤੇ ਰਾਜਪੁਰਾ ਤੋਂ ਦਿੱਲੀ ਜਾ ਰਿਹਾ ਸੀ ਸੜਕ ਦਾ ਨਾਂ NH1 ਹੈ ਪਹਿਲੇ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ ਉਹ 5 ਸਾਲ ਦੇ ਵਿੱਚ ਉਹ ਰਾਜੇ ਨੇ ਸੜਕ ਬਣਾਈ ਦਿੱਲੀ ਟੂ ਲਾਹੌਰ ਲਾਹੌਰ ਅੱਗੇ ਜਾ ਕੇ ਕਲਕੱਤੇ ਤੱਕ ਗਈ ਉਹ ਰਾਜੇ ਨੇ 5 ਸਾਲ ਲਈ ਕੰਮ ਕੀਤਾ ਇਹ 5 ਸਾਲ ਦੇ ਵਿੱਚ ਕਿੱਦਾਂ ਕੰਮ ਕੀਤਾ ਜਾ ਸਕਦਾ ਹੈ ਜਦੋਂ ਕਿ ਗੁਲਾਮਾਂ ਤੋਂ ਕੰਮ ਲਿਆ ਜਾਂਦਾ ਸੀ ਉਹਨੇ ਮੁਗਲ ਸਰਾਇਆਂ ਬਣਾਈਆਂ ਲੋਕਾਂ ਵਾਸਤੇ ਦਰਖਤ ਲਾਏ ਪਾਣੀ ਲਈ ਖੂਹ ਪਟਾਏ ਗਏ ਇੰਟਰਨੈਟ ਦਾ ਜ਼ਮਾਨਾ ਹੈਗਾ ਪਿਆਰੇ ਬੱਚਿਓ ਚੰਗਾ ਦੇਖਿਆ ਕਰੋ ਚੰਗਾ ਸੁਣਿਆ ਕਰੋ ਚੰਗਾ ਖਾਇਆ ਕਰੋ ਚੰਗਾ ਪਹਿਨਿਆ ਕਰੋ ਤੁਹਾਡਾ ਥੋਟ ਪ੍ਰੋਸੈਸ ਆਪ ਹੀ ਸਹੀ ਹੋ ਜਾਏਗਾ ਯੂ ਕੈਨ ਓਨਲੀ ਗੈਟ ਦਾ ਯੂਅਰ ਸਕਸੈਸ ਇਸ ਕਰਕੇ ਤੁਸੀਂ ਚੰਗਾ ਦੇਖਣਾ ਸੁਣਨਾ ਕਰ ਲਿਓ ਇੰਟਰਨੈਟ ਦਾ ਜ਼ਮਾਨਾ ਹੈਗਾ ਨੈੱਟ 'ਤੇ ਜਾ ਕੇ ਦੇਖਿਆ ਸ਼ੇਰ ਸ਼ਾਹ ਸੂਰੀ ਬਾਰੇ ਵਿੱਚ ਲਿਖਿਆ ਹੋਇਆ ਸੀ ਦੀ ਗ੍ਰੇਟਨੈਸ ਆਫ ਏ ਪਰਸਨ ਲਾਈਜ਼ ਬਿਹਾਈਂਡ ਕੀਪਿੰਗ ਹਿਮਸੈਲਫ ਬਿਜ਼ੀ ਇਨ ਗੁੱਡ ਵਰਕ ਈਵਨ ਲੋਸ ਆਫ ਏ ਸਿੰਗਲ ਸੈਂਗਡ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਇੱਕ ਸੈਂਗਡ ਦਾ ਖਿਆਲ ਰੱਖਦਾ ਹੈ ਚੰਗਾ ਕੰਮ ਕਰਨ ਦੇ ਲਈ ਉਹਦੇ ਲਈ 1 ਸਾਲ 5 ਸਾਲ ਬਹੁਤ ਵੱਡੀ ਗੱਲ ਹੈ ਪਿਆਰੇ ਬੱਚਿਓ ਮੈਂ ਤੁਹਾਨੂੰ ਸੈਂਗਡ ਦੀ ਖੇਡ ਵਿੱਚ ਨਹੀਂ ਪਾਉਣਾ ਤੁਸੀਂ 1 ਦਿਨ ਦਾ ਖਿਆਲ ਰੱਖ ਲਿਆ ਕਰੋ 1 ਦਿਨ ਦਾ ਸ਼ਡਿਊਲ ਬਣਾ ਲਿਆ ਕਰੋ ਆਪ ਹੀ ਤੁਹਾਡੀ ਮੰਜ਼ਿਲ ਹੈ ਜੋ ਤੁਸੀਂ ਪ੍ਰਾਪਤ ਕਰ ਜਾਓਗੇ ਫਿਰ ਪੇਪਰਾਂ ਵਾਲੇ ਦਿਨ ਕੋਈ ਚਿਹਰੇ ਪੀਲੇ ਨਹੀਂ ਪੈਣੇ ਯੂ ਕੈਨ ਗੈਟ ਇਹ ਵਿਦ ਵੈਰੀ ਈਜ਼ ਇਨ ਯੂਅਰ ਲਾਈਫ ਅੱਗੇ ਪਿਆਰੇ ਬੱਚਿਓ ਫਿਰ ਮੈਂ ਦੇਖਿਆ ਕਿ ਸ਼ੇਰ ਸ਼ਾਹ ਸੂਰੀ ਨੇ ਕੀ ਲਿਖਿਆ ਹੋਇਆ ਉਹਦੀ ਮਹਾਨਤਾ ਕੀ ਹੈ ਗੁੱਡ ਵਰਕ ਸੋਸ਼ਲ ਵਰਕ ਨੋਬਲ ਕਾਜ ਚੰਗਾ ਕੰਮ ਮੈਂ ਨਸ਼ਾ ਨਹੀਂ ਕਰਦਾ ਇਹ ਗੁੱਡ ਵਰਕ ਹੈ ਸੋਸ਼ਲ ਵਰਕ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਮੈਂ ਸਮਝਾਵਾਂਗਾ ਮੁੱਖ ਧਾਰਾ ਵਿੱਚ ਲਿਆਵਾਂਗਾ ਉਹਦਾ ਇਲਾਜ ਕਰਾਵਾਂਗਾ ਸੋਸ਼ਲ ਵਰਕ ਨੋਬਲ ਕਾਜ ਕੀ ਹੈ ਜੇ ਕੋਈ ਨਸ਼ਾ ਵੇਚਦਾ ਉਹਦੀ ਸੂਚਨਾ ਦੇ ਕੇ ਸੈਂਟਰ ਜੇਲ੍ਹ ਭੇਜਣ ਦਾ ਇੰਤਜ਼ਾਮ ਕਰੀਏ ਇਹ ਤਿੰਨੇ ਕੰਮ ਕਰ ਦਈਏ ਆਪ ਹੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋ ਜਾਣੀ ਹੈ ਅਤੇ ਸ਼ੁਰੂਆਤ ਵੀ ਆਪਣੇ ਆਪ ਤੋਂ ਕਰੀਏ ਬਿਨਾਂ ਕਿਸੇ ਸੈਂਗਡ ਖੋਏ ਤੋਂ ਇੰਟਰਨੈਟ ਦਾ ਜ਼ਮਾਨਾ ਅਤੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਵੀ ਸ਼ੇਰ ਸ਼ਾਹ ਸੂਰੀ ਨੇ ਬੜੇ ਕੰਮ ਕੀਤੇ ਨੇ
हिटलर की याद आ गई, हजारां करोड़ों के करीब बंदे मार दिते उन्हें, क्योंकि वह नैगेटिव थॉट सी आई हैव ओनली वन अल्टरनेट ऑफ विक्टरी और डैथ, जित जां मौत, हार नेड़े आके सुसाइड कर गया। ये नैगेटिव विचारधारा है। मैं थोनू कह रहा सी पॉजिटिव माइंड, मैं हिटलर नू सोच नू चेंज किया। देयर इज ओनली वन ऑप्शन फॉर ड्रग एडिक्टेड परसन, दैट इज फिजिकल डैथ और सोशल डैथ। जो इंसान ड्रग का इस्तेमाल करता है उसकी समाजिक मौत ते शरीरक मौत हो जाती है। नशे नाल सारियां प्राप्तियां खत्म हो जांदियां। प्यारे बच्चों, पढ़ लिख के तुसी अफसर भी बन जाना है, वो शौर्त मेनटेन रखनी है, सारिया प्राप्तियां का खात्मा हो जाता है। क्योंकि मैं एक 1990 की गल है, एक अफसर बहुत वधिया सी, पढ़ लिख के बहुत वधिया अफसर बन गया, इंटैलीजेंट बहुत सी, बाद चो नशे का आदि हो गया। वाज बड़ी प्यारी सी, गज़ल बड़ी वधिया गाँवे सी। उन्होंने मैं शाम को इनवाइट कर लिया सैक्टर 7 चंडीगढ़ के। वो 10-12 पैक शराब दे पी गई, चेन समोकर सी, सिगरेट पी रहा सी। मैं सोचा कि रघुवीर बड़ी गलत जगह फस गए हो, बट आई ऑलवेज ट्राई टू कन्वर्ट नैगेटिव इन टू पॉजिटिव। वो नैगेटिव विचारधारा मैं पॉजिटिव के बदलना चाहता सी। वो शराब पीते रहे, जब मैं उठ के आने लग्या तो मैं कह लगे कोई होर गल सुना दो। जो गल सुनाई सी मैं तुम्हें कह दिना है। मैंने कहा था कि नशा छोड़ दो, पर वो शरीर छोड़कर चला गया। वो रोन लग पे, कहंदे मेरी वाइफ ते बच्चे छड़ के मैनू चले गए ने, इस करके कला करके पीना है। मैं नहीं सर, नशे के कारण ही तुसी कले रह गए हो। कुछ दिन बाद जमीन ते डिग पे, हैड इंजरी हो गई, तो मैनू भी जान दा मौका मिलिया। कहंदे इत्थे जमीन ते डिग पे ने, इंसान की फितरत है, वो देखदा कि इंसान कित्थे डिग गया। वट वी डोंट सी फ्रॉम वेयर परसन फालन, ये असी नहीं सोचते कि वह कितों डिग गया। आओ प्यारे बच्चे, ध्यान नाल देखिए, न्यूटन दे सिर दे उपर सेब बजया, जे मेरे वर्गा हुंदा चुक के खा जाना सी। उन्हें सोचा कि थले क्यों डिग गया, उपर क्यों नहीं गया। लॉ ऑफ ग्रेविटेशनल फोर्स, सेंट्रीपिटल फोर्स की खोज कढ़ी, सारी स्पेस इंजीनियरिंग, सारी सिविल इंजीनियरिंग बदल के रख दी। आओ प्यारे बच्चे, ध्यान नाल देखिए कि क्यों डिग गया। जदों नशा करन लग पिया सी, पहले वो टैंपरेरी तौर पर डिगदा सी, बाद चो परमानेंट तौर पर डिग पिया। पहले उसकी सोशल मौत होंदी रही, बाद चो फिजिकल डैथ हो गई। प्यारे बच्चे, एक जन्म थोड़े माता पिता की देन है, दूजा तुसी खुद सवारना बाय सेइंग परमानेंटली गुड बाय टू ड्रग टू अवॉइड सोशल डैथ। प्यारे बच्चे, मैं गल कर रहा सी इमोशनल कंट्रोल रेगुलेटर सिस्टम दी। संवेदनशीलता खत्म हो जाता है। ड्रग अडिक्टड बच्चे की सिर्फ एक ही सोच होंगी है, नशे का प्रबंध करना या इस्तेमाल करना। किसी की खुशी गमी नाल नहीं कोई फर्क पैंदा। गल 95 की करता है, एक ड्रग अडिक्टड बच्चे की माता की डैथ हो गई। ड्रग अडिक्टड बच्चा माता के शरीर वाल आके देख लग पाया, गर्दन के गहनों की तलाश कर लग पाया। फिर उन्हें माता के हाथों वाल देखा, गल में मंगल सूत्र नहीं सी, हाथ में एक टुकड़ा फड़िया होया सी कागज़ का, मंगल सूत्र भी फड़िया होया सी, मंगल सूत्र भी फड़िया होया सी। प्यारे बच्चियो, माता ने अपने दिल के अरमान कागज़ के लिखे हुए सन, प्यारे सपुत्र जी कल तुसी नशे दे लई मेरा मंगल सूत्र खोण की कोशिश की, मेरे थप्पड़ भी मारिया, क्योंकि थोनू पता नहीं कि मैं मंगल सूत्र नहीं दे सकती। तुसी पहला ही कीमती जेवरात सब कुछ बेच दिता है। अज इस कारण मैं सभी इच्छा अनुसार शरीर त्याग रही हैं, मंगल सूत्र भी पेट कर रही हैं। प्यारे बच्चे, बेच के इलाज करवा लेना, पर नशा ना खरीदना, क्योंकि उदा इमोशनल कंट्रोल रेगुलेटर सिस्टम खत्म हो चुका सी। वो बिल्कुल नहीं रोया, नशा नाल ब्रेन सी स्लेव कर दिता सी। माता का व्यर्थक शरीर छड के चला गया नशा लैन वास्ते। पहले शौक था पेशा हुआ ड्रग खरीदना, खरीद लेता हूँ चाहे मिले कितने ही दाम पर। ये तो घटिया महंगा सौदा की हो सकता है, वो बायोलॉजिकल पार्ट पेरेंट्स का, माता जी की लाश।